ਪੌਸ਼ਟਿਕ ਭੋਜਨ ਹੈ ਮੱਕੀ। ਛਿੱਲੀਆਂ ਗਰੀਬਾਂ ਦਾ ਭੋਜਨ ਨਹੀਂ, ਸਗੋਂ ਇਸ ਦਾਣੇਦਾਰ ਅਨਾਜ ਨੇ ਅਮੀਰਾਂ ਦੇ ਡਾਇਨਿੰਗ ਟੇਬਲ 'ਤੇ ਵੀ ਆਪਣੀ ਮੌਜੂਦਗੀ ਪੱਕੀ ਕਰ ਲਈ ਹੈ। ਇਹ ਗੱਲ ਵੱਖਰੀ ਹੈ ਕਿ ਪਹਿਲਾਂ ਭਾਰਤ ਦਾ ਨਿਮਨ ਵਰਗ ਹੀ ਇਸ ਦੇ ਸਵਾਦ ਤੋਂ ਜਾਣੂ ਸੀ, ਹੁਣ ਫਲੈਕਸ ਦੇ ਰੂਪ 'ਚ ਅਮਰੀਕਾ ਦੇ ਅਮੀਰਾਂ ਦੇ ਨਾਸ਼ਤੇ ਅਤੇ ਮੱਧ ਵਰਗ ਵੱਲੋਂ ਸੂਪ, ਦਲੀਆ, ਰੋਟੀ ਅਤੇ ਪਤਾ ਨਹੀਂ ਕਿੰਨਾ ਕਿੰਨਾ ਰੂਪਾਂ 'ਚ ਇਸ ਦੀ ਵਰਤੋਂ ਕੀਤੀ ਜਾਂਦੀ ਜਾ ਰਹੀ ਹੈ। ਮੱਕੀ 'ਚ ਸਿਹਤ ਲਈ ਕਈ ਰਾਜ ਛੁਪੇ ਹਨ। ਇਹ ਪੇਟ ਦੇ ਅਲਸਰ ਅਤੇ ਗੈਸਟ੍ਰਿਕ ਅਲਸਰ ਤੋਂ ਛੁਟਕਾਰਾ ਦਵਾਉਣ 'ਚ ਸਹਾਇਕ ਹੈ। ਇਹ ਭਾਰ ਘਟਾਉਣ 'ਚ ਮਦਦ ਕਰਦੀ ਹੈ। ਕਮਜ਼ੋਰੀ 'ਚ ਮੱਕੀ ਖਾਣ ਨਾਲ ਸਰੀਰ ਨੂੰ ਊਰਜਾ ਪ੍ਰਾਪਤ ਹੁੰਦੀ ਆ। ਮੱਕੀ ਦੀ ਵਰਤੋਂ ਨਾਲ ਬੱਚਿਆਂ 'ਚ ਸੁਖੰਡੀ ਰੋਗ ਦੂਰ ਹੁੰਦਾ ਹੈ। ਇਹ ਮੂਤਰ ਪ੍ਰਣਾਲੀ 'ਤੇ ਕੰਟਰੋਲ ਰੱਖਣ 'ਚ ਸਹਾਇਕ ਹੁੰਦੀ ਹੈ। ਦੰਦ ਅਤੇ ਜਾੜਾਂ ਮਜ਼ਬੂਤ ਕਰਨ 'ਚ ਮੱਕੀ ਦਾ ਜਵਾਬ ਨਹੀਂ, ਕਾਰਨ ਫਲੈਕਸ ਦੇ ਰੂਪ 'ਚ ਇਸ ਨੂੰ ਖਾਣ ਨਾਲ ਦਿਲ ਦੇ ਰੋਗ ਕੰਟਰੋਲ ਹੁੰਦੇ ਹਨ। ਮੱਕੀ ਪ੍ਰੋਟੀਨ ਅਤੇ ਵਿਟਾਮਿਨ ਨਾਲ ਭਰਪੂਰ ਪਹਿਲਾ ਅਜਿਹਾ ਅਨਾਜ ਹੈ ਜੋ ਸਰੀਰ ਨੂੰ ਊਰਜਾ ਤਾਂ ਦਿੰਦਾ ਹੀ ਹੈ, ਉੱਥੇ ਇਹ ਬੇਹੱਦ ਪਾਚਨ ਯੋਗ ਵੀ ਹੈ। ਮੱਕੀ 'ਚ ਵਿਟਾਮਿਨ ਏ, ਬੀ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ, ਆਕਜੈਲਿਕ ਅਮਲ, ਨਾਰਸਿਨ, ਚਰਬੀ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ। ਮੱਕੀ ਦੀ ਇੱਕ ਖਾਸ ਗੱਲ ਇਹ ਵੀ ਹੈ ਕਿ ਭਾਵੇਂ ਇਹ ਕੱਚੀ ਹੋਵੇ, ਭੁੰਨੀ ਹੋਈ ਹੋਵੇ ਜਾਂ ਸੇਕੀ ਅਤੇ ਜਾਂ ਤਲੀ ਹੋਈ ਹੋਵੇ ਜਾਂ ਪਕਾਈ ਗਈ ਹੋਵੇ, ਇਹ ਹਰ ਰੂਪ 'ਚ ਆਪਣੀ ਪੌਸ਼ਟਿਕਤਾ ਬਰਕਰਾਰ ਰੱਖਦੀ ਹੈ। ਜਦੋਂ ਇਸ ਵਿੱਚ ਮੌਜੂਦ ਤੇਲ ਕੱਢ ਲਿਆ ਜਾਂਦਾ ਹੈ ਤਾਂ ਇਹ ਫੋਕ ਰੂਪ 'ਚ ਰਹਿ ਜਾਂਦੀ ਹੈ। ਤਾਂ ਵੀ ਇਸ 'ਚ ਚਰਬੀ ਨੂੰ ਛੱਡ ਕੇ ਬਾਕੀ ਪੌਸ਼ਟਿਕ ਤੱਤ, ਵਿਟਾਮਿਨ, ਪ੍ਰੋਟੀਨ ਆਦਿ ਮੌਜੂਦ ਰਹਿੰਦੇ ਹਨ। ਇਸ ਲਈ ਇਸ ਨੂੰ ਫੈਟ ਮੁਕਤ ਫੂਡ ਵੀ ਕਿਹਾ ਜਾਂਦਾ ਹੈ। ਬੱਚੇ ਦੇ ਸੁਨਹਿਰੇ ਵਿਕਾਸ 'ਚ ਮੱਕੀ ਦੀ ਵਰਤੋਂ ਸਹਾਇਕ ਹੁੰਦੀ ਹੈ। ਇਤਿਹਾਸ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਅੱਜ ਤੋਂ 10,000 ਸਾਲ ਪਹਿਲਾਂ ਸਭ ਤੋਂ ਪਹਿਲਾਂ ਮੈਕਸੀਕੋ 'ਚ ਇੱਕ ਭਾਰਤੀ ਵੱਲੋਂ ਹੀ ਇਸ ਦੀ ਕਾਸ਼ਤ ਕੀਤੀ ਗਈ ਸੀ। ਭਾਰਤ 'ਚ ਕਣਕ ਤੋਂ ਬਾਅਦ ਮੱਕੀ ਦੀ ਪੈਦਾਵਾਰ ਸਭ ਤੋਂ ਵੱਧ ਹੁੰਦੀ ਆ। ਅਮਰੀਕਾ ਇਸ ਦਾ ਸਭ ਤੋਂ ਵੱਧ ਨਿਰਯਾਤ ਕਰਨ ਵਾਲਾ ਦੇਸ਼ ਹੈ। ਮੱਕੀ ਵੱਖ ਵੱਖ ਰੂਪਾਂ 'ਚ ਵਰਤੋਂ 'ਚ ਲਿਆਂਦੀ ਜਾਂਦੀ ਹੈ। ਸਰਦੀਆਂ 'ਚ ਮੱਕੀ ਦੇ ਆਟੇ ਦੀਆਂ ਰੋਟੀਆਂ ਬਣਾਈਆਂ ਜਾਂਦੀਆਂ ਹਨ। ਮੱਕੀ ਦੇ ਆਟੇ ਨਾਲ ਪਾਵਰ ਰੋਟੀ, ਬਿਸਕੁਟ ਅਤੇ ਟੋਸਟ ਵੀ ਬਣਾਏ ਜਾਂਦੇ ਹਨ। ਕੱਚੀ ਮੱਕੀ ਨੂੰ ਸੁਕਾ ਕੇ ਉਸਨੂੰ ਪੀਸ ਕੇ ਦਲੀਆ ਬਣਾਇਆ ਜਾਂਦਾ ਹੈ। ਇਹ ਦਲੀਆ ਦੁੱਧ 'ਚ ਭਿਉਂ ਕੇ ਖਾਣ ਨਾਲ ਸਵਾਦਿਸ਼ਟ ਹੋਣ ਦੇ ਨਾਲ ਨਾਲ ਪੌਸ਼ਟਿਕਤਾ ਵੀ ਪ੍ਰਦਾਨ ਕਰਦਾ ਹੈ। ਮੀਂਹ ਦੇ ਦਿਨਾਂ 'ਚ ਇਸ ਨੂੰ ਭੁੰਨ ਕੇ ਇੱਕ ਫਲ ਵਾਂਗ ਖਾਧਾ ਜਾਂਦਾ ਹੈ। ਛੋਟੇ ਬੱਚੇ ਛਿੱਲੀਆਂ ਤੋਂ ਇਲਾਵਾ ਪਾਪਕੋਰਨ, ਭੁੰਨੀ ਹੋਈ ਮੱਕੀ ਦੇ ਪੱਕੇ ਦਾਣੇ ਦੇ ਵੀ ਦੀਵਾਨੇ ਹੁੰਦੇ ਹਨ, ਜੋ ਆਮ ਤੌਰ 'ਤੇ ਭੜਭੁੱਜੇ ਤੋਂ ਲੈ ਕੇ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਵੇਚੇ ਜਾਂਦੇ ਹਨ। ਪੱਕੀ ਛੱਲੀ ਉਬਾਲ ਕੇ ਇਮਲੀ ਦੀ ਚਟਨੀ ਨਾਲ ਖਾਣ 'ਚ ਵੀ ਬਹੁਤ ਹੀ ਸਵਾਦਿਸ਼ਟ ਲੱਗਦੀ ਹੈ। ਉਬਲੀ ਹੋਈ ਮੱਕੀ ਦੀ ਛੱਲੀ ਦੇ ਦਾਣਿਆਂ ਨੂੰ ਮੋਟਾ ਪੀਸ ਕੇ ਬੇਸਣ ਨਾਲ ਬਣਾਏ ਗਏ ਵੜੇ ਬਹੁਤ ਪਸੰਦ ਕੀਤੇ ਜਾਂਦੇ ਹਨ। ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਦੁਨੀਆ 'ਚ ਪ੍ਰਸਿੱਧ ਹੈ। ਵੱਡੇ ਵੱਡੇ ਹੋਟਲਾਂ 'ਚ ਇਹ ਸਰਦੀਆਂ ਦੀ ਖਾਸ ਡਿਸ਼ ਬਣ ਜਾਂਦੀ ਹੈ। ਮੱਕੀ ਦੇ ਆਟੇ 'ਚ ਮੂਲੀ ਅਤੇ ਦਹੀਂ ਦੇ ਨਾਲ ਮੇਥੀ ਗੁੰਨ ਕੇ ਬਣਾਈ ਗਈ ਰੋਟੀ ਬਹੁਤ ਹੀ ਸਵਾਦਿਸ਼ਟ ਲੱਗਦੀ ਹੈ। ਮੱਕੀ ਦਾ ਸੂਪ ਪੀਣਾ ਹਰ ਮੌਸਮ 'ਚ ਲਾਭਕਾਰੀ ਹੁੰਦਾ ਹੈ। ਮੱਕੀ ਸ਼ਰਬਤ, ਮੁਰੱਬਾ, ਮਠਿਆਈਆਂ ਅਤੇ ਬਨੌਟੀ ਮੱਖਣ ਬਣਾਉਣ ਲਈ ਵੀ ਵਰਤੀ ਜਾਂਦੀ ਹੈ ਅਤੇ ਇਸ ਦੇ ਰੇਸ਼ੇ ਮਿੱਟੀ ਦੇ ਭਾਂਡੇ, ਦਵਾਈਆਂ, ਰੰਗ ਰੋਗਨ, ਕਾਗਜ਼ ਦੀਆਂ ਚੀਜ਼ਾਂ ਅਤੇ ਕੱਪੜੇ ਬਣਾਉਣ ਲਈ ਕੰਮ ਆਉਂਦੇ ਹਨ। ਪਸ਼ੂਆਂ ਲਈ ਖਲ ਦੇ ਰੂਪ 'ਚ ਇਹ ਵਰਤੀ ਜਾਂਦੀ ਹੈ। ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਮੱਕੀ ਦੇ ਤੇਲ ਨੂੰ ਖੁਰਾਕੀ ਪਦਾਰਥਾਂ 'ਚ ਵਰਤਣ ਦੀ ਸਲਾਹ ਦਿੰਦੇ ਹਨ। ਹੁਣ ਪੰਜਾਬ ਵਿੱਚ